ਤਾਂ ਬਈ ਹਜੇ ਆਪਾਂ ਠੇਕੇ ਦੇ ਦਿੱਤੀ ਜ਼ਿਆਦਾ ਤਾਂ, ਅਤੇ ਇੱਥੇ ਜਿਹੜੀ ਜ਼ਮੀਨ ਆ ਸੀ ਉਹਦੇ 'ਚ ਨਾ ਇੱਕ ਸਾਨੂੰ ਕੀ ਹੋਇਆ ਪਿੱਛੇ ਜੇ, ਜਿਵੇਂ ਨਾ ਆਪਾਂ ਸਾਰੇ ਬਾਜ਼ਾਰ 'ਚ ਆ ਕੇ ਜੱਟ ਭਰਾ ਕੱਦੂ ਵੀ ਬਾਜ਼ਾਰੋਂ ਲਿਆਉਣੇ ਹੈ ਨਾ, ਭਿੰਡੀ ਵੀ ਟਿੰਡੋ ਵੀ, ਅਤੇ ਮੈਨੂੰ ਇੱਕ ਬੰਦਾ ਕਹਿੰਦਾ ਯਾਰ ਵੀ ਤੁਸੀਂ ਦੂਜਾ ਆਪ ਨਹੀਂ ਲਾਉਂਦੇ ਲਾਉਂਦੇ ਕੁਛ, ਅਤੇ ਮਨ ਨੂੰ ਨਾ ਗੱਲ ਉਹ ਚੁੱਭ ਗਈ ਥੋੜ੍ਹੀ ਜਿਹੀ ਵੀ ਯਾਰ ਗੱਲ ਤਾਂ ਇਹਦੀ ਸਹੀ ਆ, ਅਤੇ ਸਾਡੇ ਕੋਲ ਇੱਥੇ ਲੇਬਰ ਸਾਰੀ ਹੁੰਦੀ ਆ, ਅਤੇ ਸਾਡੇ ਪਾਪਾ ਜੀ ਨੂੰ ਵੀ ਬਹੁਤ ਸ਼ੌਂਕ ਆ ਬਜ਼ੁਰਗਾਂ ਨੂੰ, ਅਤੇ ਅਸੀਂ ਨਾਲ ਦੀ ਨਾਲ ਇੱਥੇ ਸਕੀਮ ਕੀਤੀ ਵੀ ਸਾਡੇ ਕੋਲ ਥਾਂ ਆ ਪਿਆ, ਆਪਾਂ ਇਹਨੂੰ ਕੁਛ ਨਾ ਬੀਜੋ, ਅਸੀਂ ਫਿਰ ਇੱਥੇ ਨਾ ਹਰੇਕ ਚੀਜ਼ ਲਾਈ, ਮੂਲੀ, ਪਿਆਜ਼, ਪਾਲਕ, ਮੇਥਰੇ, ਧਨੀਆ, ਲਸਣ, ਗਾਜਰਾਂ, ਅਤੇ ਆਹ ਗੋਭੀ, ਬੰਦ ਗੋਭੀ, ਫੁੱਲ ਗੋਭੀ, ਅਤੇ ਇੱਕ ਵਾਰੀ ਇੱਥੋਂ ਗੰਢੇ ਅਸੀਂ ਖਾ ਵੀ ਲਏ ਉਹ ਦੂਜੇ ਹਰੇ ਪੱਟ ਕੇ, ਅਤੇ ਇਹ ਦੂਰੀ ਵਾਰ ਫਿਰ ਲਾਤੇ, ਫਿਰ ਉਹ ਸ਼ਿਮਲਾ ਮਿਰਚ ਲਾਈ, ਦੂਜੀ ਚਾਰ ਵਾਲੀ ਮਿਰਚ ਲਾਈ ਥੋੜ੍ਹੀ ਜਿਹੀ, ਅਤੇ ਉਹ ਟਮਾਟਰਾਂ ਦੇ ਬੂਟੇ ਤਿਆਰ ਆ ਬਸ, ਅਤੇ ਨਾਲ ਹੁਣ ਹੇਠਾਂ ਅਸੀਂ ਜਿਵੇਂ ਗਵਾਰਾ ਬੀਜ ਰਹੇ ਹੁਣੇ ਹੀ, ਗਵਾਰੇ ਦੀਆਂ ਫਲੀਆਂ ਵਾਲਾ, ਅਤੇ ਨਾਲ ਭਿੰਡੀ ਦੀ ਬਿਜਾਈ ਕਰਾਂਗੇ, ਹੁਣ ਰੌਣੀ ਲਾਈ ਪਈ ਆ, ਅਤੇ ਪਿੱਛੇ ਛੋਲੀਆ ਤਿਆਰ ਆ ਸਾਡੇ ਕੋਲ, ਬਸ ਥੋੜ੍ਹੇ ਦਿਨਾਂ ਤੀਕਰ ਉਹ ਟਾਟਾਂ ਲੱਗ ਆਉਣਗੀਆਂ, ਫੁੱਲ ਆ ਗਏ ਉਹਨੂੰ, ਅਤੇ ਹਰੇ ਮਟਰ ਲੱਗੇ ਸਾਡੇ ਕੋਲ, ਅਤੇ ਆਲੂ ਲੱਗੇ ਸਾਡੇ ਘਰ ਜੋਗਰੇ ਖਾਣ ਨੂੰ, ਵੀ ਇਹ 'ਚ ਵੇਚਣ ਵਾਲਾ ਪ੍ਰੋਗਰਾਮ ਨੇ, ਲਸਣ ਆ ਜਿਵੇਂ ਸਾਰਾ ਅਸੀਂ ਕੀ ਕਰਦੇ ਹਾਂ, ਕੁਛ ਅਸੀਂ ਵਰਤ ਲਿਆ, ਕੁਛ ਜਿਹੜੇ ਸਾਡੇ ਕੰਮ ਵਾਲੇ ਆ ਉਹ ਲੈ ਜਾਂਦੇ ਆ, ਉਦੋਂ ਨਾਲ ਫਿਰ ਯਾਰ ਦੋਸਤ ਆ ਜਿਹੜੇ ਕੋਈ ਇੱਥੇ ਆਉਣ ਵਾਲੇ ਨਿੱਤ ਦੇ, ਉਹ ਕੋਈ ਆਪਦਾ ਲੋੜ ਮੁਤਾਬਕ ਜਿਵੇਂ ਸਰੋਂ ਦਾ ਸਾਗ ਲੈ ਗਏ, ਪਾਲਕ ਲੈ ਗਏ, ਉਹਨਾਂ ਨੂੰ ਵੀ ਸਹੂਲਤ ਬਣ ਜਾਂਦੀ, ਅਤੇ ਸਵਾਦ ਵੀ ਵੱਖਰਾ ਹੀ ਹੈ ਜੀ ਦਾ। ਠੀਕ ਹੈ, ਅਤੇ ਫਿਰ ਬਾਈ ਬਾਜ਼ਾਰ ਸਬਜ਼ੀ ਲੈਣ ਨੂੰ ਹੁਣ ਤਾਂ ਕੀ ਕਰਦਾ? ਬਾਜ਼ਾਰ ਅਸੀਂ ਨਾ ਹੁਣ ਜਿਵੇਂ ਦੁੱਧ ਹੀ ਲਿਆਉਣੇ ਹੁੰਦੇ ਜ਼ਿਆਦਾ, ਉਹ ਹੁਣ ਫਲ ਫਰੂਟ ਤਾਂ ਲੈ ਆਈਦੇ ਆ, ਵੈਸੇ ਬੂਟੇ ਉਹ ਵੀ ਲਾਤੇ ਅਸੀਂ, ਅਤੇ ਉਹ ਸਾਨੂੰ ਕਰਦੇ ਰਹਿੰਦੇ ਯਾਰ ਸਰਪੰਚਾ ਹੁਣ ਨਹੀਂ ਤੁਸੀਂ ਸਬਜ਼ੀ, ਮੈਂ ਯਾਰ ਹੁਣ ਸਾਡੇ ਹੈਗੀ ਆ, ਅਤੇ ਫਿਰ ਉਹ ਅਗਲੇ ਨੂੰ ਮਹਿਸੂਸ ਹੁੰਦਾ ਵੀ ਲਾਈ ਬੈਠੇ ਆ ਹੈ ਨਾ, ਅਤੇ ਬਹੁਤ ਘੱਟ ਮਿਲਾ, ਜੇ ਕੋਈ ਬਾਹਲਾ ਹੀ ਕੋਈ ਫੰਕਸ਼ਨ ਬਣ ਜੇ ਵੇਚਦੀ ਤਾਂ ਕੀ ਆਖਣਾ, ਨਹੀਂ ਸਾਨੂੰ ਆਪਦੀ ਸਬਜ਼ੀ ਐਤਕੀ ਅਸੀਂ ਸਾਲ ਹੋ ਗਿਆ ਪੂਰਾ, ਤਕਰੀਬਨ ਜੇ ਲਿਆਉਂਦੀ ਹੋਈ ਤਾਂ 4-5 ਵਾਰੀ ਲਿਆਉਂਦੀ ਹੋਈ ਮਸਾਂ, ਨਹੀਂ ਲਿਆਉਂਦੀ ਜੀ। ਅੱਛਾ ਬਾਈ, ਫਿਰ ਇਹ ਵੱਡਾ ਸੁਨੇਹਾ ਦੇ ਰਹੇ ਹਾਂ ਤੁਸੀਂ ਕਿਸਾਨਾਂ ਨੂੰ? ਨਹੀਂ ਸੁਨੇਹਾ ਨਹੀਂ, ਵੇਖੋ ਇਹ ਆਪਾਂ ਨਾ ਜ਼ਿੰਦਗੀ ਜਿਉਣ ਵਾਸਤੇ, ਵੇਖੋ ਆਪਾਂ ਕੀ ਕਰਦੇ ਹਾਂ ਵੀ ਸਾਰਾ ਦਿਨ ਭੱਜੇ ਰਹਿੰਦੇ ਹਾਂ ਕੰਮਾਂ ਕਾਰਾਂ 'ਚ ਹੈ ਨਾ, ਅਤੇ ਸਿਹਤ ਨੂੰ ਆਪਾਂ ਵਿਗਾੜ ਲੈਂਦੇ ਹਾਂ, ਅਤੇ ਸਿਹਤ ਨੂੰ ਵਿਗਾੜ ਕੇ ਫਿਰ ਆਪਾਂ ਡਾਕਟਰਾਂ 'ਤੇ ਚੱਲ ਪੈਂਦੇ, ਜਿਵੇਂ ਇੱਕ ਉਹ ਪਿੱਛੇ ਜਿਹੇ ਲਿਖਿਆ ਆਇਆ ਸੀ, ਸ਼ਾਇਦ ਮੈਨੂੰ ਨਾਂ ਪੂਰਾ ਕਲੀਅਰ ਹੋਵੇ, ਉਹ ਵੀ ਆਪਾਂ ਪਹਿਲਾਂ ਤਾਂ ਕਮਾਉਣੇ ਆ, ਫਿਰ ਸਿਹਤ ਵਿਗੜ ਜਾਂਦੀ, ਫਿਰ ਸਿਹਤ 'ਤੇ ਲਾ ਦਿੰਦੇ ਹੈ ਨਾ, ਅਤੇ ਗੱਲ ਖਤਮ। ਅਤੇ ਆਪਣੀ ਸੋਚ ਆ ਵੀ ਕਰਨਾ ਤਾਂ ਵਾਹਿਗੁਰੂ ਨੇ ਸਾਰਾ, ਪਰਮਾਤਮਾ ਨੇ, ਪਰ ਜੇ ਤੁਸੀਂ ਬਿਨ ਰੇਹ ਸਪਰੇਅ ਤੋਂ ਇਹ ਚੀਜ਼ਾਂ ਘਰੇ ਕਰ ਸਕਦੇ ਹੋ, ਅਤੇ ਬਾਹਲੀਆਂ ਕੋਈ ਔਖੀਆਂ ਵੀ ਨਹੀਂ, ਹੱਥ ਪੈਰ ਵੀ ਚੱਲਦੇ ਰਹਿਣਗੇ, ਨਹੀਂ ਇਹ ਸਰੀਰ ਨਾ ਚੱਲਣੋਂ ਹਟ ਜੂਗਾ। ਮੈਂ ਦੇਖਿਆ ਕਈਆਂ ਦੇ ਗੋਡੇ ਜੁੜ ਗਏ, ਮੋਢੇ ਜੁੜ ਗਏ, ਵੀ ਕਿਉਂਕਿ ਕੰਮ ਹੀ ਨਹੀਂ ਸਾਰਾ ਦਿਨ, ਠੀਕ ਆ, ਕੁਛ ਨਾ ਕੁਛ। ਕਈ ਤਾਂ ਘਰਾਂ 'ਚ ਲੇਡੀਜ਼ ਮੈਂ ਵੇਖੀਆਂ ਉਹ ਕੰਮ ਕਰਦੀਆਂ, ਸਬਜ਼ੀ ਸੁਬਜ਼ੀ ਬਗੀਚੀਆਂ 'ਚ ਲਾਈ ਬੈਠੀਆਂ, ਬਹੁਤ ਵਧੀਆ ਲੱਗਦਾ ਉਹ। ਇਹ ਕਿੰਨਾ ਕੁ ਥਾਂ ਆਊ ਬਾਈ ਸਾਰਾ ਇਹ? ਇਹ ਸਾਡੇ ਕੋਲ ਨਾ ਤਕਰੀਬਨ ਹੁਣ ਤਾਂ ਜੀ ਹੋ ਗਿਆ ਅੱਧੇ ਕਿੱਲੇ ਵਾਂਗੂ ਹੀ, ਪਹਿਲਾਂ ਮਤਲਬ 2 ਕੁ ਕਨਾਲਾਂ ਸੀਗਾ, ਫਿਰ ਐਤਕੀ ਪਾਪਾ ਜੀ ਕਹਿੰਦੇ ਗਵਾਰਾ ਬੀਜਣਾ, ਕੁਛ ਉਹ ਗਵਾਰੇ ਦੀ ਰੌਣੀ ਲੱਗੀ ਪਈ ਆ, ਅਤੇ ਭਿੰਡੀ ਲਾਵਾਂਗੇ ਨਾਲ, ਅਤੇ ਮਤਲਬ ਸਾਰਾ ਇਹ ਅੱਧੇ ਕਿੱਲੇ ਦੇ ਵਿੱਚ, ਜਦੋਂ ਕੋਈ ਬੱਜ ਜਾਂਦਾ ਥਾਂ ਪੱਠੇ ਵੀ ਬੀਜੇ ਉਹਦੇ ਵਿੱਚ, ਕੋਈ ਬਾਹਲਾ ਐਂ ਨਹੀਂ ਵੀ ਸਾਰਾ ਸਬਜ਼ੀ ਨੂੰ ਲਾ ਲਿਆ, ਪਰ ਇਹਦੇ 'ਚ ਹਜੇ ਵੇਚਣ ਦਾ ਪ੍ਰੋਗਰਾਮ ਨਹੀਂ ਅਸੀਂ ਪੈਦਾ ਕੀਤਾ, ਕਿਉਂਕਿ ਵੇਚਣ ਵਾਲੀ ਸਬਜ਼ੀ ਸਾਥੋਂ ਪੂਰੀ ਨਹੀਂ ਆਉਣੀ ਗੀ।